कारण यह है भी जोड़ा रस्ता सारा ब्लॉक हो चुका सी को बेड़ी का को अगन बोर्ड का को प्रबंध नहीं सी हैगा वो लेट होने कारण जी बच्ची की डैथ हो चुकी। ਦੁਆਰਾ ਆਉਣ ਕਰਕੇ ਇਹਦੀ ਕਿਸਮਤ ਮਾੜੀ ਵਿਚਾਰੀ ਦੀ ਜਿਹੜੀ ਬੱਚੀ ਦੀ ਡੈਥ ਹੋ ਗਈ। ਜਿਹੜੇ ਕਮਰੇ 'ਚ ਦੱਸਿਆ ਵਾ ਉਹ ਕਮਰਾ ਹੀ ਬੇਕਾਰ ਹੋਇਆ ਪਿਆ ਵਾ, ਪਾਣੀ ਦੀ ਚਪੇਟ 'ਚ ਆਉਣ ਕਾਰਨ ਨਾ ਇੱਕ ਪਾਸੋਂ ਬਹਿ ਗਿਆ ਵਾ। ਕਿੰਨਾ ਭਾਜੀ ਦਾ? ਮੇਰਾ ਨਾਮ ਦਰਸ਼ਨ ਸਿੰਘ, ਸਾਬਕਾ ਸਰਪੰਚ ਪਿੰਡ ਨਿਆਲਾ ਲੀੜਾ। ਸਰ ਇਸ ਟਾਈਮ ਕੀ ਹਾਲਾਤ ਆ ਪਿੰਡ ਦੇ, ਪਾਣੀ ਕਿੰਨਾ ਕੁ ਵਧਿਆ ਹੋਇਆ ਅਤੇ ਉਸ ਬੱਚੀ ਦੀ ਮੌਤ ਜਿਹੜੀ ਕਿਸ ਤਰ੍ਹਾਂ? ਪਿੰਡ ਦੇ ਹਾਲਾਤ ਤਾਂ ਸਾਹਮਣੇ ਆਪਾਂ ਦੇਖ ਹੀ ਸਕਦੇ ਹਾਂ ਕਿ ਬਹੁਤ ਬਦਤਰ ਨੇ, ਬਹੁਤ ਖਰਾਬ ਨੇ। ਜਿਹੜੀ ਬੱਚੀ ਦੀ ਮੌਤ ਹੋਈ ਹੈ ਇੱਕ ਸੱਪ ਲੜਨ ਕਾਰਨ ਮੌਤ ਹੋ ਗਈ ਹੈ। ਉਹਦਾ ਕਾਰਨ ਇਹ ਹੈ ਵੀ ਜਿਹੜਾ ਰਸਤਾ ਸਾਰਾ ਬਲੌਕ ਹੋ ਚੁੱਕਾ ਸੀ, ਕੋ ਬੇੜੀ ਦਾ ਕੋ ਅਗਨ ਬੋਰਡ ਦਾ ਕੋ ਪ੍ਰਬੰਧ ਨਹੀਂ ਸੀ ਹੈਗਾ, ਉਹ ਲੇਟ ਹੋਣ ਕਾਰਨ ਜਿਹੜੀ ਉਹ ਬੱਚੀ ਦੀ ਡੈਥ ਹੋ ਚੁੱਕੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਮਾਤੜ ਪਰਿਵਾਰ ਸੀ। ਸਰਕਾਰ ਵੱਲੋਂ ਅਸੀਂ ਇਹੀ ਮੰਗ ਕਰਦੇ ਹਾਂ ਜੋ ਬਣਦਾ ਹੱਕ ਹੈ, ਚਲੋ ਜਾਣ ਵਾਲੀ ਜਾਨ 'ਤੇ ਚਲੇ ਗਈ ਹੈ, ਜੋ ਕਾਨੂੰਨੀ ਤੌਰ 'ਤੇ ਬਣਦਾ ਹੱਕ ਆ ਪਰਿਵਾਰ ਨੂੰ ਦਿੱਤਾ ਜਾਵੇ, ਮਾਲੀ ਸਹਾਇਤਾ ਕੀਤੀ ਜਾਵੇ। ਜਸਪਾਲ ਸਿੰਘ ਜੀ। ਜਸਪਾਲ ਸਿੰਘ ਜੀ, ਕਿੰਨਾ ਕੁ ਪਾਣੀ ਇਸ ਟਾਈਮ ਚੜਿਆ ਹੋਇਆ ਤੇ ਬੱਚੀ ਦੀ ਮੌਤ ਕਿਸ ਤਰ੍ਹਾਂ ਹੋਈ? ਪਾਣੀ ਤਾਂ ਬਹੁਤ ਆ ਜੀ, ਪਾਣੀ ਤਾਂ ਮੈਂ ਅੱਗੇ ਤੁਹਾਨੂੰ ਦੱਸਿਆ ਹੋਇਆ ਪਾਣੀ ਬਹੁਤ ਆ। ਪਾਣੀ ਦਾ 88 ਵਾਲੇ ਲਾ ਦੀ ਆ, 88 ਵਾਲੇ ਪਾਣੀ ਉਦੋਂ ਵੀ ਇੰਨਾ ਆਇਆ ਸੀ ਕਿਉਂਕਿ ਇੱਕਰਾ ਅੱਗੇ ਪਾਣੀ 5-10 ਦਿਨ ਅੱਗੇ ਹੋ ਗਿਆ, ਇੱਕਰਾ ਫੁੱਲ ਕੇ ਵਰ ਗਿਆ ਇੱਕਰਾ, ਦੁਬਾਰਾ ਪਾਣੀ ਫੇਰ ਆਇਆ। ਦੁਬਾਰਾ ਆਉਣ ਕਰਕੇ ਇਹਦੀ ਕਿਸਮਤ ਮਾੜੀ ਵਿਚਾਰੀ ਦੀ, ਜਿਹੜੀ ਬੱਚੀ ਦੀ ਡੈਥ ਹੋ ਗਈ ਸੱਪ ਲੜਨ ਨਾਲ। ਬਸ ਜੀ, ਸੰਸਕਾਰ ਇੱਥੇ ਕੀਤਾ ਜਾਵੇ? ਨਹੀਂ ਜੀ, ਸੰਸਕਾਰ ਉੱਥੇ ਸਾਡਾ ਪਿੰਡ ਵਗ ਗਿਆ ਜੀ, ਉੱਥੇ ਹੁਣ ਹਿੱਸੇਦਾਰੀ ਸਾਡੀ। ਹਾਂਜੀ, ਸਾਡਾ ਉੱਥੇ ਕਾਰਨ ਇਹੋ ਹੀ ਆ ਵੀ ਇੱਥੇ ਪਾਣੀ ਆਇਆ ਹੋਇਆ, ਵੀ ਇੱਥੇ ਸੰਸਕਾਰ ਹੋ ਨਹੀਂ ਸਕਦਾ, ਜਗ੍ਹਾ ਨਹੀਂ ਹੈਗੀ। ਹਾਂਜੀ, ਮੰਗ ਕੀ ਕਰਦੇ ਹੋ? ਮੰਗ ਇਹੋ ਕਰਦੇ ਹਾਂ ਵੀ ਕੋਈ ਉਹਦੇ ਗਰੀਬ ਜੀ ਕੋਈ ਸਹਾਇਤਾ ਕੀਤੀ ਜਾਵੇ, ਵੀ ਮਾਤੜਿਆ ਬੰਦਾ, ਵੀ ਉਹਦੇ ਕੋਲ ਕਿਹੜੀ ਵਿਚਾਰੇ ਕੋਲ ਜਾਇਦਾਦ ਹੈਗੀ ਹੈ, ਚਾਰ ਚੁਪੇਰੇ ਪਾਣੀ ਆ, ਮਕਾਨ ਵੀ ਸਾਰੇ ਪਾਟੇ ਪਏ ਨੇ, ਅਤੇ ਮਾਤੜ ਬੰਦਾ ਉਹਦੀ ਕੋਈ ਮਦਦ ਕੀਤੀ ਜਾਵੇ। ਫਣੀ ਯਾਰ ਸੱਪ ਜੀ, ਸਰੀਲਾ ਇੱਥੇ ਜਾਂਦਿਆਂ ਜਾਂਦਿਆਂ ਪੂਰੀ ਹੋ ਗਈ ਰਾਹ ਜੀ। ਸਰਕਾਰ ਵੇਖੋ ਜੋ ਦੇ ਦੂਗੀ ਮੈਨੂੰ ਕੀ ਕਹਿ ਸਕਦੀ। ਚੰਦਰ ਸਿੰਘ।